मौजूदा सरकार वालों सूबे भर विच नवें नवें प्रोजेक्ट लियांदे जा रहे हैं। इसे तहत ही पंजाब दे मुख्यमंत्री कैप्टन अमरिंदर सिंह वालों दशहरे मौके पटियाला शहर विच चार वड्डे प्रोजेक्टां दी शुरुआत की गई। 1100 करोड़ रुपए दे विकास प्रोजेक्टां दी शुरुआत मौके मुख्यमंत्री कैप्टन अमरिंदर सिंह दे नाल लोकसभा मैंबर परनीत कौर अते पंजाब मंत्री मंडल दे कैबिनेट मंत्री भी मौजूद सन। इन्हां प्रोजेक्टां दी शुरुआत पिंड सिद्धूवाल विखे महाराजा भुपिंदर सिंह खेड यूनिवर्सिटी दा नींह पत्थर रख के कीती गई। पंजाब मुख्यमंत्री कैप्टन अमरिंदर सिंह वल्लों ऐतवार सवेरे 11 बजे पंजाब दी पहली खेड यूनिवर्सिटी महाराजा भुपिंदर सिंह पंजाब खेड़ी यूनिवर्सिटी दे पहले पड़ा दी उसारी दा नींह पत्थर रख्या गया, जिस तों बाद मुख्यमंत्री वल्लों राजपुरा रोड ते पटियाला दे अत आधुनिक नवें बस अड्डे दी उसारी कार्ज दा भी नींह पत्थर रखा गया। इस मौके मीडिया नाल गलबात करदिआं श्रोमणी अकाली दल नूं करड़े हत्थी लैंदिआं कैप्टन अमरिंदर सिंह ने कहा कि अकाली दल पार्टी वल्लों कई सालां तों भाजपा नाल गठजोड़ कीता गया सी अते उहनां दी ही मौजूदगी दे विच केंद्र सरकार वल्लों नवें खेती कानून पास कीते गए हन। ਬਣ ਰਹੀ ਹੈ ਮੁਬਾਰਕਬਾਦ ਹੈ, ਪਰ ਪੰਜਾਬੀ ਯੂਨੀਵਰਸਿਟੀ ਆਪਣੀ ਆਰਥਿਕ ਸੰਕਟ 'ਚ ਹੈ, ਉਹਦੇ ਲਈ ਕੁਛ ਹੋ ਰਿਹਾ ਜਾਂ ਹੋਊਗਾ ਅੱਗੇ? ਦੇਖੋ ਹੋਊਗਾ ਜ਼ਰੂਰ, ਅਨਫੋਰਚੁਨੇਟਲੀ ਪਿਛਲੀ ਗਵਰਨਮੈਂਟ ਨੇ ਬਗੈਰ ਸੋਚੇ ਬਹੁਤ ਉੱਥੇ ਰਿਕਰੂਟਮੈਂਟ ਕਰਤੀ ਸੀ ਜੀ, ਐਂਡ ਉਹਦਾ ਸਾਰਾ ਹੁਣ ਦੇਖਣਾ ਪਊਗਾ ਕਿ ਕੈਸੇ ਅਸੀਂ ਉਸ ਨੂੰ ਮੀਟ ਕਰ ਸਕਦੇ ਹਾਂ। ਟੋਟਲ ਇਰੈਗੂਲਰ ਤਰੀਕੇ ਨਾਲ ਇਹਨਾਂ ਨੇ ਉਹਦੀ ਇੰਪਲਾਇਮੈਂਟ ਕੀਤੀ ਸੀ, ਔਰ ਜਿੰਨੇ ਪੋਸਟ ਸੀ, ਅਗਰ ਇੱਕ ਪੋਸਟ ਸੀ ਉੱਥੇ 10-10 ਬੰਦੇ ਭਰਦੇ ਥੇ, तो दैट इज़ वाई ये प्रॉब्लम आ रही है। हम सू देखना पा हल की कदा ऑलरेडी डिपार्टमेंट देख रहे हैं। खेती बिलों से वड्डा फैसला लिया, पर उसके बावजूद जी अकाली दल ने वो कह रहे हैं कि भाजपा न रले हुए हो, वो इस फैसले मैंने तो यह समझ आई तुम ऐसे सवाल पूछते कह रहे किड़िया नाल कौन रले हुए थोड़ा पता नहीं आता नहीं। अकाली दल उन्हों का हिस्सा से, उन्होंने मिनिस्टर ਜਦ ਜੁਲਾਈ ਦੇ ਵਿੱਚ ਆਰਡੀਨੈਂਸ ਪਾਸ ਹੋਇਆ, ਜੂਨ ਦੇ ਵਿੱਚ ਉਹ ਕੈਬਨਿਟ ਦੇ ਵਿੱਚ ਸੀ, ਉਹਨੇ ਉੱਥੇ ਹਾਂ ਕੀਤੀ ਔਰ ਜੋ ਉਹ ਛੱਡਿਆ ਕਦੋਂ ਆ ਹੁਣ ਆ ਕੇ ਜਦੋਂ ਪ੍ਰੈਸ਼ਰ ਕਿਸਾਨਾਂ ਦਾ ਪਿਆ ਤਾਂ ਇਹਨਾਂ ਨੇ ਜਾ ਕੇ ਛੱਡ ਕੇ ਆਇਆ। ਅਸੀਂ ਮਿਲੇ ਹੋਏ ਉਹਨਾਂ ਨਾਲ, ਉਹ ਮਿਲੇ ਹੋਏ ਨੇ ਉਹਨਾਂ ਨਾਲ, ਕਿੰਨੇ 10 ਸਾਲ ਦੇ 12 ਸਾਲ ਦੇ ਤਾਂ ਉਹਨਾਂ ਦੇ ਸਾਥੀ ਹੈ, ਸਾਡਾ ਮਿਲੇ ਨਾ ਕੈਸੇ? ਜੋ ਗਵਰਨਮੈਂਟ ਜੋ ਮੋਦੀ ਸਾਹਿਬ ਦੀ ਜੇ ਬਿੱਲ ਸੀ ਉਹ ਰੱਦ ਤਾਂ ਮੈਂ ਕੀਤੇ ਨੇ, ਮੈਂ ਕੈਸੇ ਮਿਲ ਸਕਦਾ ਉਹਨਾਂ ਨਾਲ? ਬੜੇ ਅਖਬਾਰਾਂ ਦੇ ਵਿੱਚ ਅੱਜ ਸਾਰੀ ਆਈ ਹੈ ਕਿ ਸਾਨੂੰ ਉੱਥੇ ਉਹਨਾਂ ਨੂੰ ਵਿਜ਼ਿਟ ਕਰਨ ਦੀ ਲੋੜ ਨਹੀਂ। ਵਿਜ਼ਿਟ ਕਿਉਂ ਕਰਨ ਦੀ ਲੋੜ? ਕਿਉਂਕਿ ਉੱਥੇ ਦੇ ਪੁਲਿਸ ਇਨਐਕਸ਼ਨ ਸੀ, ਉੱਥੇ ਕੋਈ ਕਾਰਵਾਈ ਨਹੀਂ ਚੱਕੀ ਜਾਂਦੀ ਸੀ। ਉੱਤਰ ਪ੍ਰਦੇਸ਼ ਦੇ ਵਿੱਚ ਸਾਡੇ ਤਾਂ ਅਸੀਂ ਬੰਦੇ ਫੜ ਲਏ, ਇੱਕ ਦਿਨ 'ਚ ਹੀ ਪੁਲਿਸ ਨੇ ਫੜ ਲਏ ਸੀ। ਸੋ ਦੈਰ ਇਜ਼ ਨੋ ਕੁਐਸਚਨ ਫੋਰ ਦੈਮ ਟੂ ਕਮ। ਜਦ ਫੜ ਲਏ ਔਰ ਜਦ ਕਾਨੂੰਨੀ ਵਿਵਸਥਾ ਚੱਲ ਠੀਕ ਹੈ ਔਰ ਕਾਨੂੰਨ ਠੀਕ ਚੱਲ ਰਿਹਾ ਤਾਂ ਉਰੇ ਆਉਣ ਦੀ ਕੀ ਲੋੜ ਸੀ? ਸਰ ਪਿਛਲੇ ਕਈ ਵੱਲੋਂ ਸਮਝ ਜਾ ਰਹੀ ਹੈ ਬਾਰੇ ਕੀ ਕਹਿਣਾ ਤੁਹਾਡੇ? ਇੱਕ ਮਿੰਟ, ਪੂਰੀ ਕਰ ਦਿੱਤੀ ਹੈ ਤੇ ਹੁਣ ਕਿਸਾਨਾਂ ਨਾਲ ਜਿਹੜਾ ਸੰਘਰਸ਼ ਖਤਮ ਕਰਨ ਦੀ ਗੱਲਬਾਤ ਚੱਲ ਰਹੀ ਹੈ, ਤੁਹਾਡੀ ਸੰਘਰਸ਼ ਚੱਲ ਰਹੀ ਹੈ? ਮੈਂ ਦੇਖੋ, ਸਾਡਾ ਝਗੜਾ ਦਿੱਲੀ ਨਾਲ ਹੈ, ਦਿੱਲੀ ਦੀ ਸਰਕਾਰ ਨਾਲ ਹੈ ਜਿਨ੍ਹਾਂ ਨੇ ਕਾਨੂੰਨ ਸਾਰੇ ਕੁਝ ਲੈ ਕੇ ਆਏ। ਅਸੀਂ ਤਾਂ ਕਿਸਾਨਾਂ ਦੀ ਮਦਦ ਦੀ ਗੱਲ ਕੀਤੀ ਹੈ ਔਰ ਮੈਂ ਇਹ ਠੀਕ ਨਹੀਂ ਸਮਝਦਾ, ਔਰ ਕਿਸਾਨ ਜਥੇਬੰਦੀਆਂ ਨੂੰ ਮੈਂ ਅਪੀਲ ਕੀਤੀ ਹੈ ਕਿ ਆਪਾਂ ਆਪਣੇ ਪੰਜਾਬ ਦਾ ਕਿਉਂ ਨੁਕਸਾਨ ਕਰਾ ਰਹੇ ਹਾਂ? ਅਗਰ ਤੁਸੀਂ ਕੋਈ ਧਰਨੇ ਧੁਰਨੇ ਲਾਉਣੇ ਨੂੰ ਜਾ ਕੇ ਦਿੱਲੀ ਲਾਓ, ਇੱਥੇ ਤਾਂ ਤੁਸੀਂ ਸੜਕਾਂ ਬੰਦ ਕਰਤੀਆਂ, ਸਾਡਾ ਨੁਕਸਾਨ, ਮੁਸਾਫਰ ਨਹੀਂ ਆ ਸਕਦੇ, ਸਾਡਾ ਨੁਕਸਾਨ, ਜਿਹੜੀ ਅੱਜ ਕਣਕ ਚੱਕ ਝੋਨਾ ਚੱਕਣਾ ਔਰ ਆਪਣੇ ਗੋਡਾਊਨ ਖਾਲੀ ਕਰਨੇ ਨੇ ਉਹ ਸਾਡਾ ਨੁਕਸਾਨ ਨਹੀਂ, ਜਿਹੜੀ ਹੁਣ ਮੰਡੀਆਂ ਦੇ ਵਿੱਚ ਆ ਰਹੀ ਹੈ ਝੋਨਾ ਜਾਊਗਾ ਕਿੱਥੇ? ਫਿਰ ਤੁਸੀਂ ਜਿਹੜੇ ਕੋਲਾ ਮੇਰੇ ਇੱਕ ਦਿਨ ਦਾ ਇੱਕ ਪਲਾਂਟ ਰਹਿ ਵਾਸਤੇ ਕੋਲਾ ਰਹਿ ਗਿਆ, 2-4 ਦਿਨ 'ਚ ਬਿਜਲੀ ਬੰਦ ਔਰ ਇੱਥੇ ਕੋਈ ਬਿਜਲੀ ਨਹੀਂ ਹੋਣੀ ਪੰਜਾਬ ਦੇ ਵਿੱਚ। ਇਹ ਕਹਿੰਦੇ ਨੇ ਕਿ ਬਾਹਰਲੇ ਨੈਸ਼ਨਲ ਗ੍ਰਿਡ ਤੋਂ ਖਰੀਦੋ, ਉਹਦੇ ਵਾਸਤੇ ਪੈਸਾ ਚਾਹੀਦਾ ਨਾ, ਪੰਜਾਬ ਕੋਲ ਪੈਸਾ ਨਹੀਂ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੇ ਜਥੇਬੰਦੀਆਂ ਨੂੰ ਸੋਚਣਾ ਪਊ। ਅੱਛਾ, ਉਹਨਾਂ ਦਾ ਯੂਰੀਆ ਹੁਣ ਕਣਕ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ, ਮੇਰੇ ਕੋਲ ਸਿਰਫ 10% ਯੂਰੀਆ ਹੈ, 90% ਸਾਡੇ ਕੋਲ ਆਉਣਾ ਹੈ ਬਾਹਰੋਂ, ਉਹ ਵੀ ਟ੍ਰੇਨਾਂ ਰਹਿ ਜਾਣਾ। DAP ਨਹੀਂ ਹੈ, DAP ਬਹੁਤ ਥੋੜ੍ਹੀ ਹੈ, 2 ਲੱਖ ਟਨ ਹੈ ਮੇਰੇ ਕੋਲ, ਮੈਨੂੰ ਚਾਹੀਦੀ 8 ਲੱਖ ਟਨ। ਸੋ ਇਹ ਚੀਜ਼ਾਂ ਜਿਹੜੀਆਂ ਹੈ ਉਹਨਾਂ ਨੂੰ, ਉਹਨਾਂ ਦਾ ਹੀ ਨੁਕਸਾਨ ਹੋ, ਅਗਰ ਬਿਜਲੀ ਬੰਦ ਹੋ ਉਹਨਾਂ ਦੇ ਟਿਊਬਲ ਬੰਦ ਹੋ ਜਾਣੇ ਨੇ, ਉਹਨਾਂ ਦਾ ਯੂਰੀਆ ਨਹੀਂ ਪਹੁੰਚਣਾ, ਉਹਨਾਂ ਦਾ DAP ਨਹੀਂ ਪਹੁੰਚਣਾ। ਅਤੇ ਮੈਂ ਸਾਰੇ ਜਥੇਬੰਦੀਆਂ ਮਜੋਰਿਟੀ ਚਾਹੁੰਦੀਆਂ ਨੇ ਕਿ ਜੋ ਸਾਡੇ ਅਸੀਂ ਕੀਤਾ ਉਹਨਾਂ ਵਾਸਤੇ ਸਾਡੇ ਨਾਲ ਜੋ ਅਸੀਂ ਕਹਿੰਦੇ ਹਾਂ ਉਹ ਕਰਨਗੇ।
लेकिन एक दो जथेबंदियां हैं उन्होंने नाल साडे मिनिस्टर अज मिल रहे देखते हैं कि सर पिछले साल रेल हादसा होया सी रेलवे फाटक ते रेल हादसा होया सी पिछले साल उन्होंने परिवार नूं जिहड़ा अजे तक नौकरी नहीं मिली दोबारा फिर दुशहरा देखभाल अपने परिवार नूं करन लई लेकिन जिहड़ा कुछ उन्हां नूं मिलना है ਪਟਿਆਲਾ ਤੋਂ ਦਮਨਪ੍ਰੀਤ ਸਿੰਘ ਦੀ ਰਿਪੋਰਟ।